बाकी सारे भैन भाई ने कोई भी कमेंट्स कोई भी गलबात कुछ नहीं होंगी किसी के बारे च भी या साढ़े बारे या आपके भैन के बारे च या अपनी बेटी के बारे च तो साढ़े को नंबर लैके सारे को पूछ सकते हैं। जी बाकी बिल्कुल कुछ कमेंट्स ऐसे होंगे कि जिन्हों के उत्ते असं वीडियो नहीं बना सकते जो कमेंट्स असं बगैर पढ़े अभी सू सही नहीं मुनासिब लगते वो असं डिलीट कर देते हैं। अच्छा जी बाजी आए हैं तो पीछे पीछे असं भी आ गए हैं तो बस हमें बैठे बैठे घर को टेंशन मिली है तो उस तरह से उठे भजे हैं तो मैं चलो थोड़ी टेंशन दूर करके आइए नाले बाहर भी जी आप थोड़ी जी खा के आने देख के उन्हें साढ़े को ठंड वा कि इन्होंने को भी ठंड पै रही है सर्दी बहुत ज्यादा समान लेना हो गया हवा चली है ना थोड़ी सम कम हुई जिवे हवा रुकेगी जो यकदम डिगी ना तो बंदे नाल बंदा नहीं नजर आना है बच्चे डिग दे तो बच्चे मजबूत होंगे चलो जी अल्लाह खैर करे जी ते हुण किवें बाजी तेरी तबीयत किवें हुण होर शाह तू सुना नवी ताजी अच्छा चलो कोई नहीं अल्लाह ताला मदद करेगा इंशाल्लाह तुहाडी ठंड वाला जरा सिलसिला है भी जल्दी खत्म हो जाना है अल्लाह मदद करेगा इंशाल्लाह जल्दी जल्दी छत पे जावे छत पे आगी ना जिवें सारा घर बंद होगा फिर जरा ठंड लो बच्चे तो हां जी जे ना छत पे ते निका जा ब्लूर जा मासूम जा बच्चा वाले बड़ी परेशान हो जाना जरा हवा बाहर ना आवे हां ओही ते गल मतलब मैं चंगा करेगा अल्लाह आसानियां करेगा इंशाल्लाह माशाल्लाह कि टाइम ड्रा भी हो रहा है एक और होनी मतलब नहीं कितो आई कितो नहीं कर चलो जी अल्लाह ताला चलो शाह भी कहना कहना दोबारा में बढ़िया करिए तेरे खुल जान चलो सर्दियां खास काम होता है ना सही सही माशाल्लाह जी खुला इलाका है खुली जगह तो बैठे हैं जिवें सर्दियां सर्दी ज्यादा लगती भाई है गर्मियों में इतने बड़ा सुकून होना है आराम नाल बाहर बैठे रहना है बाहर बैठ के बिल्कुल सुकून ताजा हवा ठंडी हवा मजे ही मजे हाँ जी चलो कोई नहीं लो जी भाजी आ रहे जनाब चाय लैके चाय पीनी नाले चाय पियांगे नाले फायदा ही होना कि सर्दी कम पै जानी हाँ जी बस एवं करिए आप चाह पीए तो आप घर चलिए मैं कहना हाँ जी नहीं मैं जाना नहीं 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 मैं कल मैं के जा के होया वा ना हाँ जी चलो चलो जी चाह पीने जी बिस्मिल्लाहिर्रहमानिर्रहीम अपना कप चक ला भाई हेलो जी कप आ गए जी मेरा मेरे कोल ते बाकी आले
अपने अपने हिसाब ਨਾਲ ਆਪਣਾ ਆਪਣਾ ਕੱਪ ਚੱਕਣਗੇ ਚਾਹ ਪੀਣਗੇ ਭਾਈ ਨੇ ਭੇਜੀ ਸੀ ਕਹਿੰਦਾ ਤੁਸੀਂ ਇਹ ਲਾਓ ਇਨਸ਼ਾਅੱਲਾ ਅੱਲਾ ਖੈਰ ਕਰੇ ਦੂਸਰੀ ਟਾਲੀ ਤੁਹਾਡੀ ਆ ਜਾਏਗੀ ਅਤੇ ਅਸੀਂ ਕਿਹਾ ਚਲੋ ਫਿਰ ਅਸੀਂ ਤੂੰ ਅਸਾਂ ਫਿਰ ਜ਼ਿੰਮੇ ਲਾਇਆ ਸੀ ਅਸੀਂ ਕਿਹਾ ਤੂੰ ਜਿਹੜਾ ਨਾ ਟਾਲੀ ਇੱਟਾਂ ਦੀ ਜਿਹੜੀ ਪਈ ਹੈ ਇਹਨੂੰ ਚੱਕ ਕੇ ਅੰਦਰ ਸਿੱਟ ਦੇ ਅਤੇ ਉਹਨਾਂ ਨਾਲ ਤਰੇ ਸ਼ਰੇ ਕੀਤੀ ਸੁਬਾਹ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਇੱਟਾਂ ਪਈਆਂ ਇਹ ਨਾਲ ਨਾਲ ਲੱਗਦੀਆਂ ਰਹਿਣ ਅਤੇ ਇਸ ਸਾਈਡ ਦੇ ਕੁਛ ਇੱਟਾਂ ਸਿੱਟੀਆਂ ਹਨ ਕਿ ਜਿਵੇਂ ਜਿਵੇਂ ਅਸੀਂ ਚਾਰ ਦੀਵਾਰੀ ਕਰਨੀ ਜੇ ਸਾਹਿਬ ਦੀ ਉਸ ਹਿਸਾਬ ਨਾਲ ਅੰਦਰ ਇੱਟਾਂ ਜਿਹੜੀਆਂ ਸੀ ਸਾਰੀਆਂ ਕੰਪਲੀਟ ਹੋਈਆਂ ਪਈਆਂ ਤਰੇ ਵਗੈਰਾ ਵੀ ਮੁਕੰਮਲ ਹੋਈ ਪਈ ਹੈ ਚਾਰ ਦੀਵਾਰੀ ਕੁਛ ਹੋ ਗਏ ਕੁਛ ਹਾਲੇ ਰਹਿੰਦੀ ਹੈ ਬਸ ਇਨਸ਼ਾਅੱਲਾ ਨਾਲ ਨਾਲ ਜਿਵੇਂ ਜਿਵੇਂ ਇੱਟਾਂ ਆਉਂਦੀਆਂ ਰਹਿਣਗੀਆਂ ਇਸ ਤਰ੍ਹਾਂ ਨਾਲ ਨਾਲ ਕੰਮ ਹੁੰਦਾ ਰਹਿਣਾ ਸਰਦੀ ਵੀ ਬਹੁਤ ਜ਼ਿਆਦਾ ਹੋਈ ਪਈ ਹੈ ਧੁੰਦ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਸਮੋਕ ਕਿਤਨੀ ਹੋਈ ਪਈ ਕਿ ਇਸ ਤਰ੍ਹਾਂ ਮੁਲਤਾਨ ਸਭ ਤੋਂ ਪਹਿਲੇ ਨੰਬਰ 'ਤੇ ਆ ਰਿਹਾ ਬਾਕੀ ਅੱਲਾਹ ਤਾਲਾ ਖਿਆਲ ਕਰੇ ਜੀ ਸਰਦੀ 'ਚ ਕੰਮ ਕਰਨਾ ਮਿਸਤਰੀ ਹੋਵੇ ਮਜ਼ਦੂਰ ਹੋਵੇ ਕੋਈ ਵੀ ਹੋਵੇ ਸਭ ਦਾ ਕੰਮ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਬਸ ਅੱਲਾਹ ਤਾਲਾ ਸਭ ਭੈਣ ਭਾਈਆਂ ਵਾਸਤੇ ਅਤੇ ਸਾਡੇ ਵਾਸਤੇ ਆਸਾਨੀਆਂ ਪੈਦਾ ਕਰੇ ਜੀ ਉੱਥੋਂ ਹੋ ਰਿਹਾ ਜੀ ਮਗਰਬ ਨਮਾਜ਼ ਦਾ ਟਾਈਮ ਅਤੇ ਬਸ ਹੁਣ ਥੋੜ੍ਹੀ ਦੇਰ ਤੱਕ ਅਜ਼ਾਨ ਹੋਣ ਲੱਗ ਜਾਣੀਆਂ ਫਿਰ ਅਸੀਂ ਜਾਵਾਂਗੇ ਘਰ ਜਾਂਦੇ ਹਾਂ ਘਰ ਜਾ ਕੇ ਉੱਥੇ ਨਮਾਜ਼ ਵਗੈਰਾ ਪੜ੍ਹਾਂਗੇ ਅਤੇ ਸਾਹਮਣੇ ਭਾਜੀ ਸ਼ਾਹ ਅਤੇ ਅਲਸਾਨ ਵਗੈਰਾ ਵੀ ਬੈਠੇ ਹਨ ਅਤੇ ਅਜ਼ਾਨ ਮਗਰਬ ਦੇ ਹੋਣ ਲੱਗੇ ਹੁਣ ਅਸੀਂ ਘਰ ਚੱਲਦੇ ਹਾਂ ਜਾ ਕੇ ਨਮਾਜ਼ ਵਗੈਰਾ ਅਦਾ ਕਰਦੇ ਹਾਂ ਘਰ ਅਸੀਂ ਪਹੁੰਚ ਗਏ ਹਾਂ ਸਾਡੀ ਭੈਣ ਨੇ ਕਮੈਂਟਸ ਕੀਤਾ ਸੀ ਸਿਰਫ ਅਸੀਂ ਇਸ ਤਰ੍ਹਾਂ ਇੱਕ ਕਮੈਂਟਸ ਦੇ ਉੱਤੇ ਜਵਾਬ ਦੇਵਾਂਗੇ ਬਾਕੀ ਕਮੈਂਟਸ ਦੀ ਵੀਡੀਓ ਅਸੀਂ ਬਾਅਦ ਵਿੱਚ ਬਣਾਵਾਂਗੇ ਸਾਡੀ ਇੱਕ ਭੈਣ ਨੇ ਕਮੈਂਟਸ ਕੀਤਾ ਸੀ ਕਿ ਹਫੀਜ਼ ਭਾਈ ਨੇ ਕੱਲ੍ਹ ਕੀ ਘਰ ਕੀ ਮੈਂ ਇੱਕ ਸਟੋਰ ਬਣਾਇਆ ਹੈ ਜਾਂ ਕੰਮ ਕੀ ਕਰਦੇ ਹਾਂ ਅਤੇ ਘਰ ਮੈਂ ਆਪਣਾ ਛੋਟਾ ਜਿਹਾ ਕਲੀਨਿਕ ਆਪਣਾ ਇੱਕ ਸੈਟਅਪ ਬਣਾਇਆ ਨਾਲ ਦੁਕਾਨ ਵੀ ਹੈ ਸਾਡੀ ਦੋਨੋਂ ਚੀਜ਼ਾਂ ਅਸੀਂ ਚਲਾ ਰਹੇ ਹਾਂ ਹੁਣ ਕੱਲ੍ਹ ਜਦੋਂ ਆਉਂਦੀ ਹੈ ਬਾਹਰ ਹਸਪਤਾਲ ਦੇ ਆਪਰੇਸ਼ਨ ਵਗੈਰਾ ਹੁੰਦਾ ਹੈ ਅਤੇ ਮੇਰਾ ਉੱਥੇ ਜਾ ਕੇ ਲੈਬੋਰਟਰੀ ਦਾ ਕੰਮ ਹੁੰਦਾ ਮੈਂ ਜਾ ਕੇ ਉੱਥੇ ਆਪਰੇਸ਼ਨ ਵਗੈਰਾ ਨਾਲ ਉਹ ਕਿਤੇ ਨਹੀਂ ਕਰਾਉਂਦਾ ਲੇਕਿਨ ਮੈਂ ਜਾ ਕੇ ਬਲੱਡ ਅਰੇਂਜ ਕਰਕੇ ਦਿੰਦਾ ਦੇਣਾ ਹੁੰਦਾ ਬਲੱਡ ਜਿੰਨੇ ਵੀ ਟੈਸਟ ਵਗੈਰਾ ਹੁੰਦੇ ਮੈਂ ਕਰਨੇ ਹੁੰਦਾ ਟੈਸਟ ਕਰਦਾ ਉਸ ਤੋਂ ਬਾਅਦ ਜਦੋਂ ਮੇਰੇ ਤੋਂ ਕੰਮ ਫਾਈਨਲ ਹੋ ਜਾਂਦਾ ਹੈ ਫਿਰ ਡਾਕਟਰ ਸਾਹਿਬ ਮਰੀਜ਼ ਨੂੰ ਅੰਦਰ ਲੈ ਕੇ ਜਾਂਦੇ ਨੇ ਆਪਰੇਸ਼ਨ ਵਾਸਤੇ ਜਿੰਨੀ ਦੇਰ ਤੱਕ ਮੈਂ ਇਹਦਾ ਫਾਈਨਲ 'ਤੇ ਰਿਪੋਰਟ ਨਾ ਦੇਵਾਂ ਬਲੱਡ ਵਗੈਰਾ ਅਰੇਂਜ ਨਾ ਹੋਵੇ ਅਗਰ ਪੇਸ਼ੈਂਟ ਨੂੰ ਖੂਨ ਦੀ ਕਮੀ ਹੋਵੇ ਤਾਂ ਉਨੀ ਦੇਰ ਤੱਕ ਫਿਰ ਡਾਕਟਰ ਸਾਹਿਬ ਪੇਸ਼ੈਂਟ ਆਪਰੇਸ਼ਨ ਜਿਹੜਾ ਨਹੀਂ ਕਰਦੇ ਇਸ ਵਾਸਤੇ ਜਦੋਂ ਮੈਨੂੰ ਕਾਲ ਆਉਂਦੀ ਹੈ ਤਾਂ ਮੈਂ ਦੱਸੀ ਚਲੇ ਜਾਣਾ ਫਿਰ ਕੁਛ ਦਿਨ ਉਸ ਇਸ ਵੀਡੀਓ 'ਤੇ ਅਸੀਂ ਇਸ ਭੈਣ ਨੂੰ ਜਵਾਬ ਦੇਣਾ ਸੀ ਫਿਰ ਕੁਛ ਦੋ ਤਿੰਨ ਦਿਨਾਂ ਬਾਅਦ ਫਿਰ ਉਹਨਾਂ ਦਾ ਕਮੈਂਟ ਆ ਗਿਆ ਉਹਨਾਂ ਨੇ ਕਿ ਜੀ ਸ਼ੁਕਰੀਆ ਭਾਈਜਾਨ ਐਂਡ ਬਾਜੀ ਤੁਸੀਂ ਮੇਰੇ ਕਮੈਂਟ ਦਾ ਜਵਾਬ ਦਿੱਤਾ ਅਸੀਂ ਦੇਣਾ ਸੀ ਅਸੀਂ ਕਿਹਾ ਚਲੋ ਦੋ ਚਾਰ ਪੰਜ ਦਿਨ ਇਕੱਠੇ ਹੋ ਜਾਣ ਕਮੈਂਟ ਫਿਰ ਇਕੱਠੇ ਬੈਠ ਕੇ ਬਣਾਵਾਂਗੇ ਵੀਡੀਓ ਭੈਣ ਸਾਡੀ ਬੁਰਾ ਮਹਿਸੂਸ ਕਰ ਰਹੀ ਅਸੀਂ ਕਿਹਾ ਚਲੋ ਅੱਜ ਇਸ ਕਮੈਂਟ ਦਾ ਇਸ ਵੀਡੀਓ 'ਚ ਅਸੀਂ ਭੈਣ ਨੂੰ ਆਪਣੀ ਰਾਜ਼ੀ ਕਰ ਦਿੱਤੀ ਅੱਲਾ ਪਾਕ ਮੇਰੀ ਭੈਣ ਤੰਦਰੁਸਤੀ ਦੇਵੇ ਸਿਹਤ ਦੇਵੇ ਕਮੈਂਟ ਕਰਨ ਦਾ ਸ਼ੁਕਰੀਆ ਕਿਉਂ ਸਾਡੀ ਯੂਟਿਊਬ ਫੈਮਿਲੀ ਸਾਡੀ ਆਪਣੀ ਫੈਮਿਲੀ ਆ ਅਤੇ ਅਸੀਂ ਆਪਣੇ ਭੈਣ ਭਰਾਵਾਂ ਨਾਲ ਗੱਲ ਸ਼ੇਅਰ ਕਰੀ ਦੀ ਆ ਇਹ ਮੇਰੀ ਸ਼ਹਿਜ਼ਾਦੀ ਭੈਣ ਅੱਲਾ ਪਾਕ ਦਿਨ ਤੰਦਰੁਸਤੀ ਦੇਵੇ ਅਤੇ ਅੱਲਾ ਤੇਰੀ ਵੀ ਜ਼ਿੰਦਗੀ ਰੱਖੇ ਸਾਡੀ ਵੀ ਜ਼ਿੰਦਗੀ ਰੱਖੇ ਅਤੇ ਅਸੀਂ ਛੋਟਾ ਜਿਹਾ ਸੈਟਅਪ ਬਣਾਇਆ ਸੀਗਾ ਆਪਣੇ ਘਰ ਦੇ ਵਿੱਚ ਕਿ ਚਲੋ ਇੱਕ ਕੈਨੇਡਾ ਟਰਾਂਦੀ ਸੀ ਸੁਬਹ ਨੂੰ ਅਤੇ ਇੱਕ ਸ਼ਾਮ ਨੂੰ ਆਉਂਦੀ ਸੀਗੀ ਅਤੇ ਬਸ ਐਸਾ ਮੇਰੀ ਕਮਰ ਦਾ ਮਸਲਾ ਬਣਿਆ ਫਿਰ ਸਾਰਾ ਕੰਮ ਗਰਮ ਬਰਮ ਹੋ ਗਿਆ ਠੀਕ ਹੈ ਨਾ ਬਸ ਸਮਾਨ ਮੇਰਾ ਇੱਕ ਸਾਈਡ 'ਤੇ ਸੀਗਾ ਮਤਲਬ ਘਰ ਦੇ ਵਿੱਚ ਮੈਂ ਸਮਾਨ ਛੱਤ 'ਤੇ ਸੀ ਇੱਕ ਸਾਈਡ 'ਤੇ ਜੇ ਬਣਾਇਆ ਸੀ ਉੱਥੇ ਸੀਗਾ ਅਤੇ ਜਿਹੜਾ ਥੱਲੇ ਆ ਹਿੱਸਾ ਸੀ ਇਹ ਸਾਰਾ ਖਾਲੀ ਸੀਗਾ ਇਹਦੇ 'ਚ ਕੋਸ਼ਿਸ਼ 'ਤੇ ਸੀ ਬਹੁਤ ਵੱਡਾ ਹਸਪਤਾਲ ਬਣਾਵਾਂਗੇ ਬਸ ਅੱਲਾ ਨੇ ਸਾਥ ਨਹੀਂ ਦਿੱਤਾ ਹੈਗਾ ਮੈਂ ਸਾਡੀ ਕਿਸਮਤ ਵਿੱਚ ਇਹ ਕੁਛ ਲਿਖਿਆ ਸੀ ਮੇਰੀ ਕਮਰ ਦਾ ਮਸਲਾ ਬਣਿਆ ਸਾਰਾ ਮੇਰਾ ਸਮਾਨ ਨੀਚੇ ਆ ਗਿਆ ਹੁਣ ਜ਼ੈਨ ਦੇ ਪਾਪਾ ਦਾ ਵੀ ਕੰਮ ਇਸ ਤਰ੍ਹਾਂ ਬਸ ਹਲੇ ਹੈ ਸਹੀ ਲੇਕਿਨ ਦਰਮ ਭਰਮ ਹੀ ਆ ਲੇਕਿਨ ਜ਼ਿਆਦਾਤਰ ਸਾਡਾ ਕੰਮ ਕਿਤੋਂ ਆ ਜਿਹੜਾ ਮਤਲਬ ਇਹ ਜਾਂਦੇ ਨੇ ਬਾਹਰ ਕਿਤੇ ਨੌਕਰੀ ਨਹੀਂ ਕਰ ਰਹੇ ਕਿਤੇ ਡਿਊਟੀ ਨਹੀਂ ਕਰ ਰਹੇ ਸਿਰਫ ਇੱਕ ਦੁਕਾਨ ਬਣਾਈ ਹੋਈ ਅਸੀਂ ਅੱਲਾ ਤਾਲਾ ਦੀ ਮਦਦ ਦੇ ਨਾਲ ਠੀਕ ਹੈ ਨਾ ਅੱਲਾ ਤਾਲਾ ਦਾ ਬਹੁਤ ਖੁਦਾ ਦਾ ਲੱਖ ਅਤੇ ਕਰੋੜ ਵਾਰ ਇਨਸਾਨ ਆ ਸ਼ੁਕਰ ਆ ਇੱਕ ਦੁਕਾਨ ਬਣਾਈ ਅਸੀਂ ਘਰ 'ਚ ਆਪਣਾ ਸੈਟਅਪ ਬਣਾਇਆ ਅਤੇ ਬਾਕੀ ਇਹ ਛੋਟਾ ਜਿਹਾ ਜਿਹੜਾ ਸਮਾਨ ਆ ਸਾਡਾ ਇਸ ਤਰ੍ਹਾਂ ਅਸੀਂ ਇੱਕ ਸਾਈਡ 'ਤੇ ਰੱਖਿਆ ਵਾ ਅਤੇ ਜਾਂ ਕੋਈ ਮਰੀਜ਼ ਆਇਆ ਅਤੇ ਉਹਨੂੰ ਜਿਹੜਾ ਸੀਗਾ ਕਿ ਕੋਈ ਦਵਾਈ ਵਗੈਰਾ ਦੇ ਤੀ ਜ਼ੈਨ ਦੇ ਪਾਪਾ ਨੇ ਅਤੇ ਬਾਕੀ ਨਾ ਹੋਇਆ ਤਾਂ ਨਾ ਸਹੀ ਅਤੇ ਉਹਦੇ ਵਿੱਚ ਇਹ ਆ ਕਿ ਇਹਦਾ ਜ਼ਿਆਦਾ ਕੰਮ ਸਾਰਾ ਹੀ ਬਾਹਰ ਦਾ ਵਾ ਬਾਹਰ ਦਾ ਇਸ ਤਰ੍ਹਾਂ ਕਿ ਹਸਪਤਾਲ ਜਾਂਦੇ ਨੇ ਉੱਥੇ ਜਾ ਕੇ ਜਿਹਦਾ ਵੀ ਕਿਸੇ ਆਵੇ ਅਤੇ ਉੱਥੇ ਜਾ ਕੇ ਉਹਨਾਂ ਨੂੰ ਉਹਨਾਂ ਦੇ ਬਲੱਡ ਟੈਸਟ ਕਰਕੇ ਅਤੇ ਉਹਨਾਂ ਨੂੰ ਬਲੱਡ ਦਾ ਅਰੇਂਜ ਕਰ ਕਰਨਾ ਲਗਾਉਣਾ ਉਹ ਇਹਨਾਂ ਦੀ ਜ਼ਿੰਮੇਵਾਰੀ ਹੈ ਬਸ ਮੇਰੀ ਭੈਣ ਆ ਸਾਡਾ ਇਹਨਾਂ ਦਾ ਜਾਣੀ ਕਿ ਕਾਰੋਬਾਰ ਹੈ ਅਤੇ ਸ਼ੁਕਰੀਆ ਮੇਰੀ ਭੈਣ ਦਾ ਇਸ ਚੀਜ਼ ਦੀ ਸਾਡੇ ਕੋਲ ਦਾ ਸਨਤ ਹੈ ਬਕਾਇਦਾ ਕੁਆਲੀਫਾਈਡ ਹੈ ਮੈਂ ਹਾਂਜੀ ਇਹ ਨਾ ਸਾਡੇ ਭੈਣ ਕੋਈ ਸਮਝਣ ਪਤਾ ਨਹੀਂ ਸ਼ਾਇਦ ਇਹਨਾਂ ਨੇ ਕਿਸ ਤਰ੍ਹਾਂ ਖੋਲ ਲਿਆ ਮੇਰੇ ਕੋਲ ਇਸ ਚੀਜ਼ ਦਾ ਡਿਪਲੋਮਾ ਹੈ ਡਿਪਲੋਮਾ ਜੀ ਇਸੇ ਤਰ੍ਹਾਂ ਤੇ ਹਾਂਜੀ ਇਸੇ ਤਰ੍ਹਾਂ ਕਿਉਂ ਫਿਰ ਸਾਰੀ ਗੱਲ ਆ ਫਿਰ ਕੋਈ ਐਸੀ ਗੱਲ ਹੁੰਦੀ ਬੰਦਾ ਸੋਸ਼ਲ ਮੀਡੀਆ 'ਤੇ ਨਹੀਂ ਲੈ ਕੇ ਆਉਂਦਾ ਠੀਕ ਹੈ ਨਾ ਜਿਵੇਂ ਕਿ ਮੇਰੀ ਭੈਣ ਦੀ ਪਰੇਸ਼ਾਨੀ ਚੱਲ ਰਹੀ ਆ ਉਹ ਵੀ ਅਸੀਂ ਹਰ ਗੱਲ ਨਹੀਂ ਆਪਣੇ ਮਤਲਬ ਸੋਸ਼ਲ ਮੀਡੀਆ 'ਤੇ ਲਿਆ ਸਕਦੇ ਜਾਂ ਮੇਰੀ ਨਿਦਾ ਫਾਤਮਾ ਦਾ ਵਾ ਅਤੇ ਉਹ ਵੀ ਅਸੀਂ ਸੋਸ਼ਲ ਮੀਡੀਆ 'ਤੇ ਨਹੀਂ ਅਸੀਂ ਹਰ ਗੱਲ ਕਰ ਸਕਦੇ ਨਾ ਅਤੇ ਅੱਲਾ ਪਾਕ ਮੇਰੇ ਬੱਚਿਆਂ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਠੀਕ ਹੈ ਨਾ
ਤੇ ਜਿਹੜੇ ਮੇਰੇ ਪਿੱਛੇ ਵੀਵਰ ਸਾਰੇ ਸਾਰੇ ਸਾਨੂੰ ਜਾਣਦੇ ਨੇ ਜਿਹੜੇ ਨਏ ਨਿਊ ਵੀਵਰ ਨੇ ਉਹਨਾਂ ਤੇ ਨਹੀਂ ਨਾ ਇਸ ਗੱਲ ਦਾ ਪਤਾ ਹਾਂਜੀ ਇਸ ਵਾਸਤੇ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ ਸਾਰੇ ਪੁਰਾਣੇ ਵੀਵਰ ਉਹਨਾਂ ਨੇ ਸਾਡੇ ਸਾਰੇ ਕੋਈ ਗੱਲ ਪੁੱਛੀ ਦੱਸਣੀ ਹੁੰਦੀ ਹੈ ਠੀਕ ਹੈ ਉਹ ਸਾਨੂੰ ਕਮੈਂਟਸ ਕਰਕੇ ਸਾਡਾ ਨੰਬਰ ਬੇਸ਼ੱਕ ਲੈ ਸਕਦੇ ਹਾਂ ਤੇ ਜੇ ਜ਼ਿਆਦਾ ਗੱਲ ਹੋਵੇ ਤੇ ਫਿਰ ਸਾਡੀ ਪਿੱਛੇ ਬੈਗ ਜਾ ਕੇ ਨਾ ਥੋੜੀ ਵੀਡੀਓ ਦੇਖਿਆ ਕਰੋ ਉਹ ਤੇ ਆਪੇ ਮੇਰੇ ਭੈਣ ਭਰਾਵਾਂ ਨੂੰ ਸਾਰੀ ਸੱਚਾਈ ਦਾ ਪਤਾ ਲੱਗ ਜਾਏਗਾ ਕਿ ਸਾਡੇ ਕਿਆ ਹਾਲਾਤ ਸੀਗੇ ਕਿਸ ਤਰ੍ਹਾਂ ਸੀਗੇ ਕੀ ਸਾਡੀ ਸੂਰਤ ਹਾਲਤ ਸੀਗੀ ਉਦੋਂ ਕੀ ਸੀ ਤੇ ਅੱਜ ਕੀ ਆ ਅੱਲਾ ਦਾ ਲੱਖ ਤੇ ਕਰੋੜ ਵਾਰ ਸ਼ੁਕਰ ਆ ਅੱਲਾ ਇਹਨਾਂ ਨੂੰ ਤੰਦਰੁਸਤੀ ਦੇਵੇ ਸਾਡੇ ਤੇ ਬਹੁਤ ਜ਼ਿਆਦਾ ਜ਼ਿੰਮੇਦਾਰੀਆਂ ਮੇਰੇ ਕੰਮ ਤੇ ਬਹੁਤ ਜ਼ਿਆਦਾ ਜ਼ਿੰਮੇਦਾਰੀਆਂ ਅੱਲਾ ਨੇ ਜ਼ਿੰਦਗੀ ਦੇਵੇ ਇਹਨਾਂ ਦੀ ਮੈਂ ਤੇ ਮੇਰੇ ਸ਼ਾਨ ਵਾਸਤੇ ਬਹੁਤ ਦੁਆ ਕਰਦੀ ਹਾਂ ਤੇ ਅੱਲਾ ਤਾਲਾ ਹਰ ਮੇਰੀ ਜਿੰਨੀ ਯੂਟਿਊਬ ਫੈਮਿਲੀ ਅੱਲਾ ਪਾਕ ਸਭ ਨੂੰ ਤੰਦਰੁਸਤੀ ਸਿਹਤ ਤਾ ਫਰਮਾਏ ਅੱਲਾ ਤਾਲਾ ਢੇਰ ਢੇਰ ਖੁਸ਼ੀਆਂ ਤਾ ਫਰਮਾਏ ਤੇ ਜਿਹੜੇ ਬੇਰੋਜ਼ਗਾਰ ਨੇ ਅੱਲਾ ਤਾਲਾ ਉਹ ਰੋਜ਼ਗਾਰ ਨੇਕ ਵਸੀਲਾ ਬਣਾਏ ਜਿਵੇਂ ਕਿ ਹੁਣ ਸਮੋਗ ਦਾ ਮੌਸਮ ਚੱਲ ਰਿਹਾ ਯਕਦਮ ਸਰਦੀ ਆ ਗਈ ਆ ਤੇ ਜਿਹੜੇ ਵਿਚਾਰੇ ਮਜ਼ਦੂਰ ਬੰਦੇ ਨੇ ਅੱਲਾ ਤਾਲਾ ਉਹਨਾਂ ਵਾਸਤੇ ਜਿਹੜੇ ਕਿਰਾਏ ਤੇ ਬੈਠੇ ਨੇ ਅੱਲਾ ਤਾਲਾ ਉਹਨਾਂ ਦੀ ਤਮਾਮ ਪਰੇਸ਼ਾਨੀਆਂ ਦੂਰ ਫਰਮਾਏ ਇਹ ਦਵਾਈ ਜੀ ਕਰ ਸਕਦੇ ਨਾ ਤੇ ਕਿਆ ਪਤਾ ਕਿਹਦੇ ਮੂੰਹ ਤੇ ਨਿਕਲੀ ਦਵਾ ਰੰਗ ਲਿਆਵੇ ਤੇ ਜਿਹੜੇ ਬੇਰੋਜ਼ਗਾਰ ਨੇ ਲਾਣਾ ਨੇਕ ਰੋਜ਼ ਦਾ ਵਸੀਲਾ ਬਣਾਇਆ ਜਿਹੜੇ ਬੇਘਰ ਨੇ ਜਿਹਨਾਂ ਸੇ ਦੀ ਛੱਤ ਨਹੀਂ ਅੱਲਾ ਤਾਲਾ ਭਾਵੇਂ ਇੱਕ ਮਰਲਾ ਹੀ ਆ ਕਿਸੇ ਨੂੰ ਤੇ ਆਪਣਾ ਅੱਲਾ ਤਾਲਾ ਘਰ ਦੇ ਦੇਵੇ ਤੇ ਜਿਹਨਾਂ ਦੀ ਔਲਾਦ ਨਹੀਂ ਹੈਗੀ ਅੱਲਾ ਤਾਲਾ ਉਹਨਾਂ ਨੇਕ ਸਾਰੇ ਔਲਾਦ ਤੇ ਵੀ ਅਤਾ ਫਰਮਾਵੇ ਔਲਾਦ ਵੀ ਰੱਬ ਦੀ ਨਿਮਤ ਵੀ ਇਹਦੇ ਰਹਿਮਤ ਵੀ ਆ ਇਹ ਵੀ ਬਹੁਤ ਜ਼ਰੂਰੀ ਆ ਔਰ ਜਿਹੜੇ ਬਿਮਾਰ ਨੇ ਹਸਪਤਾਲਾਂ ਵਿੱਚ ਨੇ ਅੱਲਾ ਤਾਲਾ ਉਹਨਾਂ ਨੂੰ ਵੀ ਸ਼ਿਫਾਏ ਕਾਮਲਾ ਸਿਹਤ ਅਤਾ ਫਰਮਾਏ ਅੱਲਾ ਤਾਲਾ ਹਰ ਮੁਸਲਮਾਨ ਤੇ ਰਹਿਮ ਕਰੇ ਤੇ ਅਸੀਂ ਵੀ ਜਾਣਾ ਵਾ ਸ਼ਾਦੀ ਤੇ ਬੈਗ ਸਾਡਾ ਤਿਆਰ ਹੋਇਆ ਪਿਆ ਵਾ ਅਸੀਂ ਇਨਸ਼ਾਅੱਲਾ ਸਾਡੀ ਕੋਸ਼ਿਸ਼ ਹੈ ਪਰਸੋਂ ਨੂੰ ਜਾਣ ਦੀ ਤੇ ਸਾਡੇ ਵਾਸਤੇ ਮੇਰੇ ਭੈਣ ਭਰਾਵਾਂ ਨੂੰ ਦੁਆ ਕਰਨੀ ਹੈ ਅਸੀਂ ਵੀ ਸ਼ਾਦੀ ਦੇ ਨਾਲ ਜਾਣਾ ਹੈ ਕਮਾਲੀਏ ਕਮਾਲੀਏ ਜਾਣਾ ਮੇਰੇ ਚਾਚੂ ਦੇ ਬੇਟੇ ਦੀ ਸ਼ਾਦੀ ਹੈ ਤੇ ਬਸ ਉਹ ਵੀ ਦੁਆ ਕਰਨਾ ਕਿ ਅਸੀਂ ਗੱਲ ਕਿਤੇ ਨਾ ਪਹੁੰਚ ਜਾਈਏ ਜਦੋਂ ਬਾਹਰ ਨਿਕਲ ਕੇ ਸਮੋਕ ਦੇਖਦੀ ਮੈਨੂੰ ਬਹੁਤ ਡਰ ਆਉਂਦਾ ਤੇ ਨੈਟ ਤੇ ਵੀ ਦੇਖਦੇ ਆ ਵੀ ਇੰਨੇ ਹਾਦਸੇ ਹੋਣ ਰਹੇ ਨੇ ਗੱਡੀਆਂ ਦੇ ਵੀ ਤੇ ਗੱਡੀਆਂ ਇਹਨਾਂ ਮੋਟਰਾਂ ਦੇ ਬੰਦ ਕਰਤੀ ਮੁਕੰਮਲ ਤੌਰ ਤੇ ਮੇਰੇ ਖਿਆਲ ਚ ਨਾ ਨਹੀਂ ਦਿਨ ਦਿਨ ਦੇ ਟਾਈਮ ਚੱਲਦੀ ਪਈ ਹੈ ਰਾਤ ਨੂੰ ਤੇ ਬੰਦ ਆ ਬਾਕੀ ਅੱਲਾ ਖੈਰ ਕਰੇ ਜੀ ਅੱਲਾ ਸੋਹਣੇ ਦੇ ਵਾਲੇ ਜੀ ਅੱਲਾ ਹਾਫਿਜ਼ ਅੱਲਾ ਹਾਫਿਜ਼।